परमात्मा अगे अरदास करते हैं जी सारयां दी, क्योंकि ये बड़ी 6 महीनों की पाली हुई फसल हुंदी हैगी किसानों की, तो सुख सांद नाल सारा कुछ निबड़ जाए, तो यही अरदास करते हैं परमात्मा अगे। अज बोली शुरू कराई है भैन जी? हाँ जी, बोली शुरू हो गई जी, खरीद शुरू हो गई है, तो सरकार ने जिवें कहा सी सारियां उम्मी सारे प्रबंध किए हुए ने जी, तो एक भी दाणा मतलब किसान की फसल का रुलण नहीं दिता जाऊगा। सुखी फसल लियाउण वास्ते की अपील करना किसानों नूं? सुखी फसल यही है अपील कि इत्थे फिर वो नहीं होना पैंदा, खज्जल खुआर नहीं होना पैंदा। वैसे हुण आ मीह पैण करके जिद्दां लेट हो गई फसल, तां आ जिहड़ी असीं लाई है ढेरी बहुत सुखी है। ਤਾਣੇ ਤੁਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ, ਕਿਸ ਤਰ੍ਹਾਂ ਲੱਗਦਾ ਹੈ? ਨਹੀਂ, ਬਹੁਤ ਵਧੀਆ ਜੀ, ਦੇਖੋ ਕਿਸਾਨ ਦੀ ਮਿਹਨਤ ਹੈ ਇਹ ਸਾਰੀ, ਇਹਦੇ ਨਾਲ ਮਜ਼ਦੂਰ ਵੀ ਸਾਰੇ ਜੁੜੇ ਹੋਏ ਹੁੰਦੇ ਨੇ, ਸਾਰੀ ਸਾਰਾ ਬਾਜ਼ਾਰ ਹੀ ਜੁੜਿਆ ਹੋਇਆ ਹੁੰਦਾ ਕਿਸਾਨ ਦੀ ਫਸਲ ਨਾਲ, ਤਾਂ ਇਹ ਜੇ ਵਧੀਆ ਹੋਊਗੀ ਤਾਂ ਸਾਰਿਆਂ ਦੀ ਵਪਾਰ ਵਧੀਆ ਚੱਲਣਗੇ। ਮੈਡਮ, ਜਿਹੜਾ ਇਹ ਕਿਸਾਨਾਂ ਦੀ ਖਰੀਦ ਆ, ਇਹਦਾ ਪੈਸਾ ਕਿੰਨੇ ਟਾਈਮ 'ਚ ਆਏਗਾ? ਇਹ ਤਾਂ ਹੁਣ ਤਾਂ 24 ਘੰਟੇ ਦੇ ਵਿੱਚ ਵਿਚ ਆ ਰਿਹਾ ਜੀ। ਜਿਵੇਂ ਪਿਛਲੀਆਂ ਸਰਕਾਰਾਂ ਵਾਂਗ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੈਣਾ, ਤਾਂ ਕੀ ਇਸ ਵਾਰ? ਨਹੀਂ ਜੀ, ਨਹੀਂ ਜੀ, ਇਹ ਪਹਿਲੀ ਖਰੀਦ ਹੈ ਸਾਡੀ ਇਹਦੀ ਜੀਰੀ ਦੀ ਸਰਕਾਰ ਦੀ, ਅਤੇ ਨਹੀਂ ਰੁਲਣਾ ਪਊਗਾ। ਕਿਸਾਨਾਂ ਨੂੰ ਕੀ ਸੰਦੇਸ਼ ਦਊਂਗਾ ਆਪਣੇ ਵੱਲੋਂ? ਇਹੀ ਸੰਦੇਸ਼ ਦਿੰਦੇ ਹਾਂ ਜੀ ਵੀ ਸੁੱਕੀ ਲੈ ਕੇ ਆਓ ਫਸਲ ਵਧੀਆ, ਤਾਂ ਕਿ ਤੁਹਾਨੂੰ ਵੀ ਨਾ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਦਾ ਹੋਣਾ ਪਵੇ, ਅਤੇ ਨਾ ਹੀ ਮੰਡੀ 'ਚ ਰੁਲਣਾ ਪਵੇ। ਅਤੇ ਨਹੀਂ, ਕਿਸਾਨ ਬਹੁਤ ਮਤਲਬ ਅੱਜ ਕੱਲ੍ਹ ਹੁਣ ਬਹੁਤ ਜਾਗਰੂਕ ਹੋ ਗਿਆ ਜੀ ਕਿਸਾਨ, ਉਹਨਾਂ ਨੂੰ ਪਤਾ ਹੈ ਕਿ ਕਿਹੜੀ ਫਸਲ ਕਿਵੇਂ ਲੈ ਕੇ ਜਾਣੀ ਹੈ, ਅਤੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਮੰਡੀ ਦਾ ਸਿਸਟਮ ਚੱਲ। ਸੀਐਮ ਪਰਿਵਾਰ ਸਾਡਾ ਘਰ ਹੈ, ਅਤੇ ਧੂਰੀ ਦੇ ਲੋਕਾਂ ਨੂੰ ਤਾਂ ਇਹ ਕਦੇ ਵੀ ਨਹੀਂ ਫੀਲ ਹੋਣ ਦਿੱਤਾ ਜਾਊਗਾ ਵੀ ਪਤਾ ਨਹੀਂ ਜਿਵੇਂ ਪਹਿਲਾਂ ਸੀਗਾ ਲੋਕਾਂ ਨੂੰ ਵੀ ਸਾਡਾ ਛੱਡ ਦਿੱਤਾ ਜਾਊਗਾ, ਪਤਾ ਨਹੀਂ ਸੀਐਮ ਬਣ ਕੇ ਵਾਪਸ ਨਹੀਂ ਆਉਣਾ, ਇੱਕ ਬਿਲਕੁਲ ਵੀ ਨਹੀਂ ਹੋਊਗਾ, ਅਸੀਂ ਹਮੇਸ਼ਾ ਹਰ ਰੋਜ਼ ਵਾਂਗੂ ਸਾਡਾ ਇੱਥੇ ਧੂਰੀ ਗੇੜਾ ਲੱਗਦਾ। ਲੋਕਾਂ ਨੂੰ ਪਤਾ ਲੱਗ ਰਿਹਾ ਕਿ ਸਰਕਾਰ ਜੇ ਸਹੀ ਤਰੀਕੇ ਨਾਲ ਜਾਈਏ ਤਾਂ ਸਰਕਾਰ ਵਧੀਆ ਜਿਹੜਾ ਸਿਸਟਮ ਲੋਕਾਂ ਨੂੰ ਦੇ ਸਕਦੀ ਹੈ। ਚੇਅਰਮੈਨ ਦੀ ਗੱਲ ਹੋ ਗਿਆ ਬਾਈ ਜੀ, ਕਰਕੇ ਆਲਰੇਡੀ ਉਹਦਾ ਓਵਰਬ੍ਰਿਜ ਦਾ ਬਹੁਤ ਵੱਡੀ ਹੈ ਜੀ, ਪਹਿਲਾਂ ਹੀ ਪਤਾ ਸੀ ਵੀ ਬਹੁਤ ਵੱਡੀ ਵੰਡਿਆ ਹੋਇਆ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ, ਅਤੇ ਇਹਦੇ ਬਾਰੇ ਹੁਣੇ ਉਹ ਚੱਲ ਰਹੀ ਹੈ ਸਾਰੀ, ਇਹਦੀ ਸਰਵੇ ਹੋ ਰਹੇ ਨੇ, ਅਤੇ ਇਹ ਓਵਰਬ੍ਰਿਜ ਬਣੂਗਾ।